ਕੰਸੀ ਆਗੂ ਕੀ ਸੋਚਦੇ ਨੇ ਵੜੈ ਸਾਬ ਨਾਲ ਗੱਲ ਕਰ ਲੈਨੇ ਆ ਹਰੀ ਜੀ ਜਿਸ ਤਰ੍ਹਾਂ 2-3 ਦਿਨਾਂ ਤੋਂ ਆਪਾਂ ਦੇਖ ਰਿਹਾ ਕਿ ਲਗਾਤਾਰ ਪਟਾਣੇ ਚ ਕਾਂਗਰਸੀ ਵਰਕਰਾਂ ਚ ਆਗੂ ਅਜ ਖਿੱਚੋ ਤਾੜ ਮਚੀ ਹੋਈ ਹੈ ਉਹਨੂੰ ਲੈ ਕੇ ਤੁਸੀਂ ਕੀ ਮੈਂ ਸੋਚਦੇ ਹੋ ਕਿਉਂਕਿ ਤੁਸੀਂ ਇਸ ਹਲਕੇ ਦੇ ਸੀਨੀਅਰ ਆਗੂ ਵੀ ਹੋ ਤੇ ਪੰਜਾਬ ਲੈਵਲ ਤੱਕ ਤੁਸੀਂ ਰਾਜਨੀਤੀ ਕੀਤੀ ਹੈ ਸასი ਕਾਲ ਜੀ ਤੁਹਾਡਾ ਮੇਰੇ ਨਿਵਾਸ ਤੇ ਆਉਣ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਗੱਲ ਕਰੀ ਹੈ ਵੀ ਚੱਲ ਰਿਹਾ ਜਿਹੜਾ ਸਾਡੇ ਕਾਂਗਰਸੀ ਵਰਕਰ ਇੱਕ ਦੂਜੇ ਦਾ ਵਿਰੋਧ ਕਰ ਰਹੇ ਨੇ ਇਹ ਚੀਜ਼ ਸਾਡੀ ਪਾਰਟੀ ਦੇ ਵਿੱਚ ਖਤਮ ਹੋਣੀ ਚਾਹੀਦੀ ਸੀ ਜਿਹੜੀ ਕੁਝ ਕੁ ਬੰਦੇ ਬੈਨੀਫਿਟ ਲੈਣ ਲਈ ਆਪਣਾ ਬੈਨੀਫਿਟ ਲੈਣ ਲਈ ਕੁਝ ਇਹ ਕਹਿੰਦੇ ਨੇ ਵੀ ਅਸੀਂ ਕਿਸੇ بڑے ਲੀਡਰ ਦਾ ਨਾਮ ਲੈ ਕੇ ਜਾਂ بڑے ਲੀਡਰ ਨੂੰ ਬਦਨਾਮ ਕਰਕੇ ਉਹਦੇ ਖਿਲਾਫ ਬੋਲ ਕੇ ਆਪਣਾ ਫੇਮ ਲੈਣ ਦੇ ਚੱਕਰ ਦੇ ਵਿੱਚ ਇਹ ਵਿਰੋਧਤਾ ਕਰਦੇ ਨੇ ਇਹਨਾਂ ਨੂੰ ਇਹ ਵਿਰੋਧਤਾ ਖਤਮ ਕਰਨੀ ਚਾਹੀਦੀ ਹੈ ਤੇ ਦੂਸਰੀ ਗੱਲ ਇਹ ਆ ਜਦੋਂ ਸਾਨੂੰ ਆਪਣੇ ਲੀਡਰ ਤੋਂ ਜਾਂ ਸਾਨੂੰ ਕਿਸੇ ਵਰਕਰ ਤੋਂ ਕਿਸੇ ਵਰਕਰ ਨੂੰ ਸ਼ਿਕਾਇਤ ਹੈ ਤਾਂ ਉਹ ਸ਼ਿਕਾਇਤ ਅਸੀਂ ਪਾਰਟੀ ਪੱਧਰ ਦੇ ਉੱਪਰ ਦਫ਼ਤਰ ਦੇ ਵਿੱਚ ਜਾਂ ਸਾਡੇ ਸੀਨੀਅਰ ਨੇ ਉਹਨਾਂ ਦੇ ਤੱਕ ਪਹੁੰਚਾਉਣੀ ਚਾਹੀਦੀ ਹੈ ਨਾ ਕਿ ਮੀਡੀਆ ਦੇ ਵਿੱਚ ਜਾ ਕੇ ਉਸ ਗੱਲ ਨੂੰ ਵਿਰੋਧ ਕਰਨਾ ਚਾਹੀਦਾ ਹੈ ਮੈਂ ਇਹੀ ਚਾਹੁੰਦਾ ਵੀ ਵਰਕਰਾਂ ਨੂੰ ਮੈਸੇਜ ਵੀ ਇਹ ਦੇਣਾ ਚਾਹੁੰਦਾ ਤੇ ਇੱਕ ਮਨ ਦੀ ਇੱਛਾ ਵੀ ਹੈ ਵੀ ਅਸੀਂ ਜਿੰਨੇ ਵੀ ਵਰਕਰ ਨੇ ਸਾਰੇ ਔਰ ਰਲ ਮਿਲ ਕੇ ਰਹਿਣ ਆਪਸਦਾਰੀ ਨੂੰ ਕਾਇਮ ਰੱਖਣਾ ਜੇ ਆਪਸਦਾਰੀ ਕਾਇਮ ਰਹੂਗੀ ਤੇ ਤਾਂ ਹੀ ਸਾਡੀ ਪਾਰਟੀ ਕਾਇਮ ਹੋਗੀ ਵਰਕਰ ਕਾਇਮ ਹੈ ਤੇ ਫਿਰ ਪਾਰਟੀ ਵੀ ਕਾਇਮ ਹੈ ਜੀ ਅਬਰ ਐਸਾ ਵੀ ਇੱਕ ਗੱਲ ਦੇਖੀ ਗਈ ਹੈ ਕਿ ਜਦੋਂ ਵੀ ਲੋਕ ਸਭਾ ਜਾਂ ਵਿਧਾਨ ਸਭਾ ਦੀ ਚੋਣਾਂ ਆਉਂਦੀਆਂ ਨੇ ਤਾਂ ਅਕਾਲੀ ਦਲ ਦੀ ਗੁੱਟਵਾਜ ਦੀ ਗੱਲ ਸਾਹਮਣੇ ਹੁੰਦੀ ਸੀ ਕਿ ਇਹ ਅਲੱਗ-ਅਲੱਗ ਗਰੁੱਪ ਬਣੇ ਹੋਏ ਨੇ ਤੇ ਜੇ ਇੱਕ ਬੰਦਾ ਚੋਣ ਲੜਦਾ ਸੀ ਆਗੂ ਤਾਂ ਬਾਕੀ ਗਰੁੱਪ ਦੇ ਵੱਲੋਂ ਤਾਂ ਵਿਰੋਧ ਕਰਨ ਦੀ ਗੱਲ ਸਾਹਮਣੇ ਆਉਂਦੀ ਸੀ ਅਕਾਲੀ ਦਲ ਦੀ ਇਸ ਵੇਲੇ ਅਕਾਲੀ ਦਲ ਇੱਕ ਮੁਠਾ ਆਮ ਆਦਮੀ ਪਾਰਟੀ ਆਪਣਾ ਕੰਮ ਕਰ ਰਹੀ ਹੈ ਪਰ ਕਾਂਗਰਸ ਦੇ ਵਿੱਚ ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਮਹਾਰਾਣੀ ਪ੍ਰਨੀਤ ਕੌਰ ਭਾਜਪੀ ਚ ਚਲੇ ਗਏ ਤੇ ਜਿਹੜੇ ਕਾਂਗਰਸ ਦੇ ਆਗੂ ਨੇ ਉਹ ਆਪਣੇ ਹੀ ਆਗੂਆਂ ਦਾ ਵਿਰੋਧ ਕਰ ਰਹੇ ਨੇ ਮੋਹਿਤ ਮਹਿੰਦਰਾ ਯੂਥ ਕਾਂਗਰਸ ਦੇ ਵੱਡਾ ਚਿਹਰਾ ਹੈਗਾ ਉਹਨਾਂ ਦੇ ਫਾਦਰ ਸਾਹਿਬ ਨੇ ਐਨੀ ਵਾਰੀ ਚੋਣ ਜਿੱਤੀ ਹੈ ਤੁਸੀਂ ਉਹਨਾਂ ਦੇ ਪਾਰਟੀ ਦੇ ਨਾਲ ਰਹੇ ਹੋ ਰਾਜਾ ਬੜਿੰਗ ਤੱਕ ਤੁਸੀਂ ਗੱਲਬਾਤ ਵੀ ਕੀਤੀ ਹੈ ਕੀ ਲੱਗਦਾ ਕਿ ਇਸ ਮਾਮਲੇ 'ਚ ਰਾਜਾ ਬੜਿੰਗ ਕੋਲੇ ਵੀ ਗੱਲ ਜਾਣੀ ਚਾਹੀਦੀ ਸੀ ਜੀ ਕਿ ਇਹਨਾਂ ਨੂੰ ਬਹਿ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਲੋਕ ਸਭਾ ਚੋਣਾਂ 'ਚ 1.5 ਮਹੀਨਾ ਰਹਿ ਗਿਆ ਦੇਖੋ ਜੀ ਪਹਿਲਾਂ ਤਾਂ ਸਾਨੂੰ ਆਪਣੇ ਜ਼ਿਲ੍ਹਾ ਪੱਧਰ ਤੇ ਗੱਲ ਕਰਨੀ ਚਾਹੀਦੀ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਜੀ ਮੰਤਖਨੋੜਾ ਜੀ ਹੈਗੇ ਨੇ ਸਾਡੇ ਦੁੱਗਲ ਜੀ ਹੈਗੇ ਨੇ ਉਹਨਾਂ ਤੱਕ ਗੱਲ ਪਹੁੰਚਾਉਣ ਜੇ ਕੋਈ ਇਹ ਜੀ ਤੁਹਾਨੂੰ ਸ਼ਿਕਾਇਤ ਹੈ ਜੇ ਉੱਥੇ ਸ਼ਿਕਾਇਤ ਨਹੀਂ ਸੁਣੀ ਜਾਂਦੀ ਤੇ ਫੇਰ ਸਾਨੂੰ ਇਹ ਸ਼ਿਕਾਇਤ ਪਾਰਟੀ ਪੱਧਰ ਦੇ ਸੀਨੀਅਰ ਲੀਡਰ ਨੇ ਰਾਜਾ ਬੜਿੰਗ ਜੀ ਦਾਖ ਵੀ ਜਾਣਾ ਚਾਹੀਦਾ ਜੇ ਸ਼ਿਕਾਇਤ ਹੈਗੀ ਆ ਤੁਹਾਨੂੰ ਪਹਿਲੀ ਗੱਲ ਤਾਂ ਇਲੈਕਸ਼ਨ ਦਾ ਟਾਈਮ ਹੈ ਇਲੈਕਸ਼ਨ ਦੇ ਟਾਈਮ ਪਾਰਟੀ ਦੇ ਵਿੱਚ ਏਕਤਾ ਦਾ ਸਾਨੂੰ ਦਿਖਾਉਣਾ ਚਾਹੀਦਾ ਵੀ ਇਕੱਠੇ ਆ ਜਦੋਂ ਇਲੈਕਸ਼ਨ ਹੁੰਦੀ ਆ ਕੁਝ ਕੁ ਬੰਦੇ ਜਿਹੜੇ ਪਾਰਟੀ ਦੇ ਵਿੱਚ ਦਰਾਰ ਪਾਉਣ ਦਾ ਕੰਮ ਕਰਦੇ ਨੇ ਜਾਂ ਪਾਰਟੀ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੇ ਨੇ ਉਹ ਗੱਲਾਂ ਠੀਕ ਨਹੀਂ ਹੈਗੀਆਂ ਉਹਦੇ ਨਾਲ ਵਰਕਰਾਂ ਨੂੰ ਠੇਸ ਪਹੁੰਚਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਪਹਿਲਾਂ ਇਸ ਗੱਲ ਨੂੰ ਆਪਣੀ ਰੱਖਣ ਤਾਂ ਸਹੀ ਵੀ ਪ੍ਰੋਬਲਮ ਹੈ ਕੀ ਹੈ ਸ਼ਿਕਾਇਤ ਕੀ ਹੈ ਕੱਲਾ ਆਪਾਂ ਕਿਸੇ ਦੇ ਖਿਲਾਫ ਉੱਠ ਕੇ ਗੱਲ ਬੋਲ ਨਹੀਂ ਸਕਦੇ ਵੀ ਮੈਂ ਇਹ ਬੰਦਾ ਇਸ ਹਲਕੇ ਦੇ ਵਿੱਚ ਜਾਂ ਇਸ ਜ਼ਿਲ੍ਹੇ ਦੇ ਵਿੱਚ ਨਹੀਂ ਹੋਣਾ ਚਾਹੀਦਾ ਪਹਿਲਾਂ ਗੱਲ ਜਾ ਕੇ ਆਪਣੀ ਰੱਖੋ ਪਾਰਟੀ ਕੋਲ ਗੱਲ ਰੱਖੋ ਆਪਣੀ ਵੀ ਸਾਨੂੰ ਆਹ ਪ੍ਰੋਬਲਮ ਹੈ ਸਾਨੂੰ ਆਹ ਪ੍ਰੋਬਲਮ ਆ ਰਹੀਆਂ ਨੇ ਬੜੈ ਸਾਹਿਬ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀਆਂ ਇਹ ਹੁਣ ਸਰਗਰਮੀਆਂ ਚੱਲ ਰਹੀਆਂ ਨੇ ਰੋਜ਼ਾਨਾ ਕੋਈ ਨਾ ਕੋਈ ਕਾਂਗਰਸੀ ਮੀਟਿੰਗ ਕਰ ਲੈਂਦੇ ਨੇ ਇਹਦਾ ਪਾਰਟੀ ਨੂੰ ਲੋਕ ਸਭਾ ਚੋਣਾਂ 'ਚ ਨੁਕਸਾਨ ਹੋਊਗਾ ਨਹੀਂ ਜੀ ਹੁਣ ਹਾਈ ਕਮਾਂਡ ਨੇ ਧਰਮबीर ਗਾਂਧੀ ਨੂੰ ਟਿਕਟ ਦਿੱਤੀ ਹੈ ਤੇ ਸਾਰੀ ਕਾਂਗਰਸ ਉਹਨਾਂ ਦਾ ਸਵਾਗਤ ਕਰਦੀ ਹੈ ਤੇ ਪੂਰੀ ਕਾਂਗਰਸ ਜਿੰਨੀ ਦੇ ਟਿਕਟ ਨਹੀਂ ਅਨਾਉਂਸ ਹੁੰਦੀ ਸੀ ਹਰ ਕੋਈ ਬੰਦਾ ਕੋਸ਼ਿਸ਼ ਕਰਦਾ ਹਰ ਹਰ ਬੰਦਾ ਕੋਸ਼ਿਸ਼ ਕਰਦਾ ਹੈ ਜੀ ਵੀ ਮੈਨੂੰ ਟਿਕਟ ਮਿਲੇ ਜਿਹੜਾ ਬੰਦਾ ਟਿਕਟ ਦਾ ਦਾਅਵੇਦਾਰ ਹੁੰਦਾ ਪਰ ਅੱਜ ਦੇ ਟਾਈਮ ਹੁਣ ਜੋ ਅੱਜ ਦੀ ਕੱਲ ਦੇ ਨਾਲੋਂ ਅੱਜ ਦੀ ਜੋ ਪੋਜੀਸ਼ਨ ਹੈ ਤਰੰबीर ਗਾਂਧੀ ਨੂੰ ਟਿਕਟ ਮਿਲ ਗਈ ਤੇ ਸਾਰੀ ਕਾਂਗਰਸ ਉਹਨਾਂ ਦਾ ਸਵਾਗਤ ਕਰਦੀ ਹੈ ਤੇ ਪੂਰੀ ਸਪੋਰਟ ਸਾਰੀ ਕਾਂਗਰਸ ਉਹਨਾਂ ਨਾਲ ਮਿਲ ਕੇ ਕਰੇਗੀ ਕਾਂਗਰਸ ਜਿਹੜਾ ਤੁਸੀਂ ਮੁੱਦਾ ਚੱਕਿਆ ਜਿਹ ਮੁੱਦਾ ਚੱਕਣ ਵਾਲੀ ਗੱਲ ਤਾਂ ਇਦਾਂ ਵੀ ਇਹਦੇ ਨਾਲ ਵਰਕਰ ਕਮਜ਼ੋਰ ਹੁੰਦੇ ਨੇ ਉਹਨਾਂ ਨੂੰ ਬੈਠ ਕੇ ਆਪਣਾ ਮਸਲਾ ਹੱਲ ਕਰਨਾ ਚਾਹੀਦਾ ਹੈ ਮੀਡੀਆ ਦੇ ਵਿੱਚ ਇਹ ਮਸਲਾ ਨਹੀਂ ਠੋਣਾ ਚਾਹੀਦਾ ਚਾਹੀਦਾ ਉਹ ਨਿੰਦਰ ਦਾ ਵਿਰੋਧ ਹੋਵੇ ਚਾਹੇ ਗਾਂਧੀ ਦਾ ਕਿਸੇ ਦਾ ਵੀ ਵਿਰੋਧ ਹੋਵੇ ਜੀ ਬਿਲਕੁਲ ਕਿਸੇ ਦਾ ਵੀ ਵਿਰੋਧ ਹੋਵੇ ਸਾਨੂੰ ਪਾਰਟੀ ਲੈਵਲ ਤੱਕ ਗੱਲ ਰੱਖਣੀ ਚਾਹੀਦੀ ਹੈ ਮੀਡੀਆ ਲੈਵਲ ਤੱਕ ਨਹੀਂ ਗੱਲ ਰੱਖਣੀ ਚਾਹੀਦੀ ਹੁਣ ਜੇ ਮੈਂ ਮੀਡੀਆ ਦੇ ਵਿੱਚ ਤੁਸੀਂ ਮੇਰੇ ਕੋਲ ਆਏ ਹੋ ਮੈਂ ਮੀਡੀਆ ਦੇ ਵਿੱਚ ਕੋਈ ਗੱਲ ਕਰਦਾ ਮੇਰਾ ਨਾ ਉਹਨਾਂ ਨਾਲ ਕੋਈ ਵਿਰੋਧ ਹੈ ਤੇ ਨਾ ਹੀ ਮੇਰਾ ਕਿਸੇ ਹੋਰ ਨਾਲ ਵਿਰੋਧ ਹੈ ਸੋ ਹਦੀ ਬੜੈਚ ਨੇ ਸਾਬਕਾ ਵਾਈਸ ਚੇਅਰਮੈਨ ਨੇ ਪੰਜਾਬ ਟਿਊਬਨ ਕਾਰਪੋਰੇਸ਼ਨ ਦੇ ਤੇ ਸੀਨੀਅਰ ਕਾਂਗਰਸੀ ਆਗੂ ਨੇ ਯੂਥ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਨੇ ਸੋ ਉਹਨਾਂ ਨੇ ਸਾਫ਼ ਕਿਹਾ ਕਿ ਜੇਕਰ ਘਰ ਦਾ ਕਲੇਸ਼ ਬਾਹਰ ਜਾਊਗਾ ਤਾਂ ਫਾਇਦਾ ਸ਼ਰੀਕਾਂ ਨੂੰ ਹੀ ਹੋਣਾ ਹੈ ਸੋ ਸ਼ਰੀਕ ਕੌਣ ਨੇ ਸਭ ਜਾਣਦੇ ਨੇ ਕਿ ਵਿਰੋਧੀ ਪਾਰਟੀਆਂ ਅਕਸਰ ਘਰ ਦੀ ਲੜਾਈ ਦਾ ਫਾਇਦਾ ਲੈਣਗੀਆਂ ਤੇ ਨੁਕਸਾਨ ਪਾਰਟੀ ਨੂੰ ਹੋਊਗਾ ਉਹਨਾਂ ਨੇ ਸਾਫ਼ ਕਿਹਾ ਕਿ ਹਾਈ ਕਮਾਂਡ ਨੂੰ ਅਜਿਹੇ ਮੁੱਦਿਆਂ ਦੇ ਉੱਪਰ ਧਿਆਨ ਦੇਣ ਦੀ ਲੋੜ ਹੈ ਅਤੇ ਕੰਮ ਸਿਰਫ ਪਾਰਟੀ ਦੇ ਲਈ ਕਰਨ ਦੀ ਲੋੜ ਹੈ ਸੋ ਪਟਿਆਲਾ ਪੰਜਾਬ ਦੀ ਸਿਆਸਤ ਦਾ ਇੱਕ ਅਹਿਮ ਜਗ੍ਹਾ ਰੱਖਣ ਵਾਲਾ ਲੋਕ ਸਭਾ ਹਲਕਾ ਹੈਗਾ ਜਿੱਥੋਂ ਕਈ ਵਾਰੀ ਸੀਨੀਅਰ ਕਾਂਗਰਸੀ ਆਗੂ ਨੇ ਜਿੱਤ ਹਾਸਲ ਕੀਤੀ ਹੈ ਤੇੰਨ ਵਾਰੀ ਖੁਦ ਮਹਾਰਾਣੀ ਪਰਮੀਤ ਕੌਰ ਇਥੋਂ ਜਿੱਤ ਚੁੱਕੇ ਨੇ ਤੇ ਹੁਣ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਵੱਲੋਂ ਜੋ ਰਜਬائش ਕਰ ਰਹੇ ਨੇ ਪਰ ਪਾਰਟੀ 'ਚ ਉਠ ਰਹੀਆਂ ਵਿਰੋਧੀਆਂ ਸੁਰਾਂ ਨੂੰ ਦਬਾਉਣ ਦੇ ਲਈ ਕਾਂਗਰਸੀ ਆਗੂਆਂ ਦੇ ਵੱਲੋਂ ਕੀਤੀ ਗਈ ਇਸ ਮੰਗ ਨੂੰ ਪਾਰਟੀ ਹਾਈ ਕਮਾਂਡ ਕਿਸ ਤਰ੍ਹਾਂ ਦੇਖ ਰਹੀ ਹੈ ਇਹ ਆਉਣ ਵਾਲੇ ਕੁਝ ਦਿਨਾਂ 'ਚ ਪਤਾ ਲੱਗ ਜਾਊਗਾ